डेरा सच्चा सौदा मुखी गुरमीत राम रहीम नू एक बार मुड़ तो 40 दिनां दी पैरोल मिल गई है। पैरोल दी खबर मिलदे सार ही आश्रम दे विच डेरा मुखी दे स्वागत दे लई तैयारियां भी शुरू हो चुकियां ने। 3 महीने पहला 14 अक्टूबर नू गुरमीत राम रहीम नू 40 दिनां दी पैरोल मिली सी, तां हुण मुड़ तो 55 दिनां तो बाद राम रहीम मुड़ तो पैरोल ते बाहर आ रिहा है। तुहानू दस दईए कि डेरा मुखी दी पैरोल ते हुण विवाद होना शुरू हो चुकिया है। सिख जथेबंदियां दे वल्लों ये कहा गया कि डेरा मुखी गुरमीत राम रहीम नू बार बार पैरोल देना सिखां दे जख्मां ते लून छिड़कन दे बराबर है। तां तुहानू दस दईए कि हुण डेरा मुखी गुरमीत राम रहीम दी पैरोल दा सिख जथेबंदियां दे वल्लों विरोध किया जा रहा है। 40 दिनां दी पैरोल देण ते सिख जथेबंदियां दा कहना है कि सजावां पूरियां कर चुके बंदी सिंह अजे भी जेलां दे विच बंद ने, पर दूजे पासे बलात्कार वर्गी संगीन दोषां दा सामना कर रहे डेरा मुखी नूं बार बार डेरा मुखी गुरमीत राम रहीम नूं पैरोल दित्ती जा रही है। दस दईए कि ऑल इंडिया सिख स्टूडेंट फेडरेशन दे प्रधान भाई गुरचरण सिंह गरेवाल ने पत्रकारां दे नाल गल्लबात करदिआं कहा कि डेरा मुखी नूं पिछले एक साल दे विच चौथी पैरोल मिल रही है, जबकि भाई बलवंत सिंह राजोआणा नूं 27 सालां दे विच सिर्फ एक ਘੰਟੇ ਦੀ ਪੈਰੋਲ ਮਿਲੀ ਸੀ। ਹੋਰ ਕੀ ਕੁਝ ਕਿਹਾ ਗੁਰਚਰਨ ਸਿੰਘ ਗਰੇਵਾਲ ਨੇ, ਤੁਸੀਂ ਵੀ ਸੁਣੋ। ਮੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹੁਣ ਫਿਰ ਅੱਜ 40 ਦਿਨਾਂ ਦੀ ਪੈਰੋਲ ਮਿਲੀ ਹੈ, ਐਲਾਨ ਹੋ ਗਿਆ ਹੈਗਾ। ਕੀ ਕਹਿਣਾ ਚਾਹੋਗੇ ਤੁਸੀਂ, ਜਦੋਂ ਕਿ ਬੰਦੀ ਸਿੱਖ ਹੈ ਜਿਹੜੇ ਉਹ ਕਦੋਂ ਦੇ ਪੈਰੋਲ ਦੀ ਮੰਗ ਕਰ ਰਹੇ ਨੇ? ਬੜੀ ਨਾ ਸ਼ਰਮਨਾਕ ਗੱਲ ਹੈ। ਬੜੀ ਦੇਰ ਦਾ ਅਸੀਂ ਇਸ ਗੱਲ ਦੀ ਆਵਾਜ਼ ਉਠਾ ਰਹੇ ਹਾਂ ਜਿਹੜੀ ਕਿ ਹਰ 2-4 ਮਹੀਨੇ ਬਾਅਦ ਕੋਈ ਨਾ ਕੋਈ ਐਸੀ ਘਟਨਾ ਵਾਪਰਦੀ ਹੈ ਜਿਹਦੇ 'ਤੇ ਸਾਡੀ ਉਸ ਖਦਸ਼ੇ 'ਤੇ ਸਹੀ ਪੈ ਜਾਂਦੀ ਆ। ਅਸੀਂ ਕਹਿੰਦੇ ਹਾਂ ਕਿ ਦੇਸ਼ ਨੂੰ ਸਿੱਖਾਂ ਨੇ ਯਾਦ ਕਰਾਇਆ ਅਤੇ ਪਰ ਅੱਜ ਦੇਸ਼ ਅੰਦਰ ਸਿੱਖਾਂ ਦੇ ਲਈ ਕਾਨੂੰਨ ਵੱਖਰਾ ਹੈ। ਤੁਸੀਂ ਜਿਵੇਂ ਜ਼ਿਕਰ ਕੀਤਾ ਹੈ ਕਿ ਵਾਕਈ ਜਿਹੜਾ ਸੌਦਾ ਸਾਧ ਰਾਮ ਰਹੀਮ ਹੈ ਉਸ ਨੂੰ ਸਾਲ ਦੇ ਵਿੱਚ 4ੀ ਵਾਰ ਇੱਕ ਪੈਰੋਲ ਮਿਲ ਰਹੀ ਆ। ਇਹ ਪਤਾ ਨਹੀਂ ਕਿਸ ਕਾਨੂੰਨ ਦੀ ਮਾਦੇ ਤਹਿਤ ਇਹ ਸਾਰਾ ਕੁਛ ਕੀਤਾ ਜਾ ਰਿਹਾ। ਇਸ ਦੇਸ਼ ਦੇ ਜਿਹੜੇ ਰਾਜਾ ਰਾਜ ਕਰਨ ਵਾਲੇ ਨੇ ਮੋਦੀ ਜਾਂ ਹੋਰ ਉਹਦੇ ਸਾਥੀ ਨੇ ਉਹ ਬੜਾ ਪ੍ਰਚਾਰ ਉੱਚੀ ਸੁਰ 'ਚ ਕਰਦੇ ਆ, ਕਹਿੰਦੇ ਦੇਸ਼ ਨੂੰ ਸੰਸਕਾਰੀ ਦੇਸ਼ ਬਣਾਉਣਾ ਅਸੀਂ, ਇਸ ਦੇਸ਼ ਦੀ ਜਿਹੜਾ ਪੁਰਾਤਨ ਜਿਹੜੇ ਸੰਸਕਾਰ ਨੇ ਸੱਭਿਅਤਾ ਵਾ ਉਸ ਨੂੰ ਅਸੀਂ ਅੱਗੇ ਲੈ ਕੇ ਆਉਣਾ, ਅਤੇ ਬੜੇ ਉਹਦੇ ਲਈ ਨਾਟਕ ਚੇਟਕ ਵੀ ਕਰ ਰਹੇ ਨੇ। ਪਰ ਮੈਨੂੰ ਇਹ ਸਮਝ ਨਹੀਂ ਲੱਗੀ ਕਿ ਜਿਹੜਾ ਸੌਦਾ ਸਾਧ ਜਿਹੜਾ ਕਿ ਇਸ ਦੇਸ਼ ਦੀ ਨਿਆਂਪਾਲਿਕਾ ਨੇ ਉਹਨੂੰ ਬਲਾਤਕਾਰ ਦੇ ਦੋਸ਼ ਦੇ ਅਧੀਨ ਜੇਲ੍ਹ ਵਿੱਚ ਬੰਦ ਕੀਤਾ ਅਤੇ ਕਤਲ ਦੋਸ਼ ਜੇਲ੍ਹ ਵਿੱਚ ਬੰਦ ਕੀਤਾ, ਕੀ ਉਹਨਾਂ ਨੂੰ ਨਿਆਂਪਾਲਿਕਾ ਦੀ ਉਸ ਫੈਸਲੇ 'ਤੇ ਉਹਨਾਂ ਨੂੰ ਸਹਿਮਤੀ ਨਹੀਂ ਹੈ ਜਾਂ ਉਹਦਾ ਸਨਮਾਨ ਨਹੀਂ ਕਰਦੇ? ਅੱਜ ਕੀ ਕਹਿਣਾ ਚਾਹੁੰਦੇ ਨੇ? ਅੱਜ ਉਹਨੂੰ ਰਿਹਾਅ ਕਰਕੇ ਸਾਲ 4ੀ ਵਾਰ ਰਿਹਾਅ ਕਰਕੇ ਕੀ ਕਰਨਾ ਚਾਹੁੰਦੇ ਨੇ? ਪਿਛਲੇ ਦਿਨੀ ਜਿਹੜੀਆਂ ਚੋਣਾਂ ਹੋਈਆਂ ਸੀ ਹਰਿਆਣਾ ਜਾਂ ਹੋਰ ਥਾਂ ਦੇ ਉੱਤੇ ਉਦੋਂ ਵੀ ਉਹਨੂੰ ਰਿਹਾਅ ਕੀਤਾ ਗਿਆ, ਉਹਨਾਂ ਚੋਣਾਂ ਵਿੱਚ ਬੀਜੇਪੀ ਨੂੰ ਸ਼ਿਕਸ਼ਤ ਦਾ ਮੂੰਹ ਵੀ ਦੇਖਣਾ ਪਿਆ। ਸੋ ਇਹ ਜਿਹੜੀ ਬੀਜੇਪੀ ਆ ਕੀ ਹੁਣ ਇੰਨਾ ਕੁ ਆਧਾਰ ਗਵਾ ਚੁੱਕੀ ਆ ਕਿ ਉਹ ਸੌਦਾ ਸਾਧ ਦੇ ਪ੍ਰਭਾਵ ਦੇ ਨਾਲ ਇਹ ਚੋਣਾਂ ਜਿੱਤਣਾ ਚਾਹੁੰਦੀ ਹੈ, ਦੇਸ਼ 'ਤੇ ਰਾਜ ਕਰਨਾ ਚਾਹੁੰਦੀ ਆ? ਬੜੀ ਸ਼ਰਮਨਾਕ ਗੱਲ ਆ। ਅਸੀਂ ਤਾਂ ਬਹੁਤ ਦੇਰ ਦਾ ਪਹਿਲਾਂ ਹੀ ਇਹ ਗੱਲ ਕਰ ਰਹੇ ਹਾਂ ਕਿ ਦੇਸ਼ ਦੇ ਅੰਦਰ ਕਾਨੂੰਨ ਸਿੱਖਾਂ ਲਈ ਵੱਖਰਾ। ਜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੀਏ, ਬਲਵੰਤ ਸਿੰਘ ਰਾਜੋਆ ਨੂੰ 1 ਘੰਟੇ ਦੀ ਪੈਰੋਲ ਮਿਲੀ ਅੱਜ ਤੱਕ, 27 ਸਾਲ ਦੇ ਵਿੱਚ 1 ਘੰਟੇ ਦੀ ਪੈਰੋਲ ਉਹ ਵੀ ਆਪਣੇ ਪਿਤਾ ਦੇ ਭੋਗ 'ਤੇ ਸੰਸਕਾਰ 'ਤੇ ਵੀ ਨਹੀਂ ਸੀ ਮਿਲੀ। ਸੋ ਇਹ ਜਿਹੜਾ ਕਾਨੂੰਨ ਹੈ ਇਹ ਮੂੰਹ ਚਲਾ ਰਿਹਾ ਸਿੱਖਾਂ ਨੂੰ ਕਿ ਸਿੱਖਾਂ ਵਾਸਤੇ ਜਿਹੜਾ ਕਾਨੂੰਨ ਵੱਖਰਾ। ਜੇ ਗੁਜਰਾਤ ਦੀ ਬਿਲਕਿਸ ਵਾਨੋਂ ਇੱਕ ਮੁਸਲਮਾਨ ਔਰਤ ਦੇ ਨਾਲ ਬਲਾਤਕਾਰ ਹੋਇਆ, ਉਹਦੇ 7 ਜੀ ਕਤਲ ਕਰ ਦਿੱਤੇ ਗਏ, ਉਹਨਾਂ ਦੇ ਬੰਦਿਆਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ। ਉਹ ਕਹਿੰਦੇ ਜੀ ਇਹਨਾਂ ਦਾ ਚਾਲ ਚੱਲਣ ਠੀਕ ਸੀਗਾ, ਪਿਛਲੀ 15 ਅਗਸਤ 'ਤੇ ਉਹਨੂੰ ਰਿਹਾਅ ਕਰਤਾ ਜਾਂਦਾ, ਉਹਨਾਂ ਨੂੰ ਸਨਮਾਨ ਕੀਤਾ ਜਾਂਦਾ, ਅਤੇ ਅੱਜ ਇਹ ਕੀ ਦੱਸਣਾ ਚਾਹੁੰਦੇ ਨੇ? ਪਿਛਲੀ ਵਾਰ ਜਦੋਂ ਸੌਦਾ ਸਾਧ ਬਾਹਰ ਆਇਆ ਤਾਂ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਦੇ ਸਮਾਗਮਾਂ ਵਿੱਚ ਜਿਹੜੇ ਯੋਜਿਤ ਸਮਾਗਮ ਸੀ ਉਹਦੇ ਵਿੱਚ ਸੀ ਡੀ ਲਾ ਕੇ ਉਹਦੇ 'ਚ ਟੀ ਵੀ ਲਾ ਕੇ ਉਹਨਾਂ ਨੂੰ ਸਤਿਕਾਰ ਦਿੱਤਾ ਗਿਆ ਅਤੇ ਉਹਨਾਂ ਦੇ ਪ੍ਰਵਚਨ ਸੁਣਾਏ ਗਏ। ਇਹ ਆਪਣੇ ਆਪ ਦੇ ਵਿੱਚ ਇਸ ਅੰਦਰ ਝਾਤੀ ਮਾਰਨ ਕਿ ਇਹ ਦੇਸ਼ ਨੂੰ ਕਿਸ ਗੱਲ ਵੱਲ ਲੈ ਕੇ ਜਾ ਰਹੇ ਨੇ। ਸੋ ਇਕੱਲੀ ਵੋਟ ਰਾਜਨੀਤੀ ਜਿਹੜੀ ਆ ਉਹ ਤੁਹਾਡੀ ਜਿਹੜੀ ਆ ਉਹ ਤੁਹਾਡੇ ਦੇਸ਼ ਦੇ ਲਈ ਕੋਈ ਚੰਗਾ ਜਿਹੜਾ ਸੰਕੇਤ ਨਹੀਂ ਦੇਵੇਗੀ। ਸੋ ਸਿੱਖਾਂ ਦੇ ਮਨ ਦੇ ਵਿੱਚ ਭਾਰੀ ਅਤੇ ਮੈਂ ਕਹਿੰਦਾ ਡਾਢਾ ਰੋਸ ਆ ਕਿ ਸਾਡੇ ਬੰਦੀ ਸਿੰਘਾਂ ਦੇ ਵਾਸਤੇ ਇਸ ਦੇਸ਼ ਦੇ ਕਾਨੂੰਨ ਦਾ ਨਜ਼ਰੀਆ ਕੀ ਆ ਕਿ ਮੋਦੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ 'ਤੇ 350 ਸਾਲਾਂ 'ਤੇ 9 ਬੰਦਿਆਂ ਨੂੰ ਰਿਹਾਅ ਕਰਦਾ ਨੋਟੀਫਿਕੇਸ਼ਨ ਜਾਰੀ ਕਰਦੇ ਆ, ਅਤੇ ਜਦੋਂ ਹੁਣ ਅਸੀਂ ਪੁੱਛਦੇ ਹਾਂ ਕੋਰਟ 'ਚ ਜਾ ਕੇ ਪੁੱਛਦੇ ਹਾਂ ਤਾਂ ਇਹਨਾਂ ਦੀ ਸਰਕਾਰ ਦੇ ਨੁਮਾਇੰਦੇ ਬੋਲਦੇ ਆ ਕਿ ਸਿੱਖਾਂ ਤੋਂ ਖਤਰਾ ਹੈ। ਅੱਜ ਮੈਂ ਦੱਸ ਦੇਣਾ ਚਾਹੁੰਦਾ ਖਤਰਾ ਜਿਹੜਾ ਵਾ ਸਿੱਖਾਂ ਤੋਂ ਨਹੀਂ ਹੈ, ਖਤਰਾ ਜਿਹੜੇ ਸੌਦਾ ਸਾਧ ਅਤੇ ਰਾਮ ਰਹੀਮ ਤੋਂ ਆ ਜਿਹੜਾ ਪ੍ਰਚਾਰ ਕਰਵਾ ਕੇ ਤੁਸੀਂ ਸਮਾਜ ਦੇ ਵਿੱਚ ਇਹ ਸੰਸਕਾਰ ਪਰੋਸ ਰਹੇ ਹੋ। ਸੋ ਦੇਸ਼ ਦੇ ਨਾਲ ਧੋਖਾ ਕਰ ਰਹੇ ਹੋ, ਦੇਸ਼ ਦਾ ਨੁਕਸਾਨ ਕਰ ਰਹੇ ਹੋ ਅਤੇ ਖਾਸ ਤੌਰ 'ਤੇ ਸਮਾਜ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ।
कि तुसी एक बलात्कारी नूं अगे लिया के उहदा सन्मान करके उहनूं पिता जी का शब्द संबोधन करके तुसी की दसना चाहुंदे हो। सो बहुत शर्मनाक गल है। सिख जिहड़े आ इह अपने आप नूं समझदे आ कि असी दूजे दर्जे के शहरी हाँ। तो यह गल जी है सबूत हर नवी सवेर कोई ना कोई ऐसी घटना वापरती है जिद सिखा के मन के उत्ते आ रही चलती है। सो अज सौदा साहब न रिहा करके उन्होंने जोड़ा कुछ किया बहुत माड़ा तो मंदभागा। असं यह समझते हैं कि देश का कानून जोड़ा वा ये बहुत ज़्यादा कमजोर हो चुका। तो एक गल कह दीए कि जिस देश में सिखा तो खतरा दिखाई देता तो मैनू नहीं लगता कि आने वाला भविख इस देश का जोड़ा कि वह मजबूत रहेगा। आने वाले समय के सिखा तो नहीं खतरा देश नूं अपनी एकता दे खंडता दे खतरा पैदा हो जाएगा। दसिए कि पैरोल समय डेरा मुखी गुरमीत राम रहीम दे 25 जनवरी नूं साबका डेरा मुखी शाह सतनाम सिंह दे जन्मदिन दे समागमां दे विच शामिल होण दी संभावना जताई जा रही है। ते इह वी कहा जा रहा है कि इसे करके ही डेरा मुखी गुरमीत राम रहीम ने मुड़ तों पैरोल दे लई अर्जी लगाई सी। बठिंडा तों अमनदीप गोसल दी रिपोर्ट, ग्लोबल पंजाब टीवी। हुण तुसी देख सकदे हो ग्लोबल पंजाब टीवी नू। डाउनलोड करो साडी ऐप एंड्रॉइड जा iOS ते फ्री विच रोकू अते Amazon Fire TV ते जा Apple TV ते। नाल ही देख सकते हो लाइव स्ट्रीमिंग www.globalpunjabtv.com ते।